पंजाब की कैप्टन सरकार 3 साल पहला घर घर नौकरी नू नौकरी देने का वादा लैके सत्ता दे विच आई सी, पर जे गल की जाए तो पंजाब के जिहड़े नौजवान ने उन्हां वल्लों इह कहा जा रहा है भी जिहड़ी घर घर नौकरियां नहीं मिली, तो जिहड़ियां नौकरियां मिलियां वीआं ने उन्हां नू भी जिहड़ा फोन की तैयारी की जा रही है पंजाब सरकार वल्लों। तुसीं देख सकदे हो ठेका मुलाजम संघर्ष मोर्चा पंजाब वल्लों अज्ज काले चोले पा के पंजाब सरकार के खिलाफ जिहड़ा प्रदर्शन किया जा रहा, इन्हां ने बैनर लाए हुए ने, बैनरों के उत्ते नारे लिखे गए हैं। इन्हां दी मुख मंग यह है भी 2016 दे विच एक एक्ट लागू किया गया ही जल सप्लाई, वो एक्ट लागू एक्ट दे विच जिहड़े ठेके ते मकामे ने उन्होंने पक्का किया जाए। साडे नाल इत्थे वख-वख जथेबंदियां दे आगू उन्हां नाल ही गल करांगे। हाँ जी, की नाम जी तुहाडा? चरणजीत सिंह, पावरकॉम ट्रांसको ठेका मुलाजम सर्कल बरनाला 71। ਜਿਹੜਾ ਅੱਜ ਤੁਸੀਂ ਕਾਲੇ ਚੋਲੇ ਪਾ ਕੇ ਇੱਥੇ ਪ੍ਰਦਰਸ਼ਨ ਕਰ ਰਹੇ ਹੋ ਡੀਸੀ ਦਫ਼ਤਰ, ਮੇਨ ਕੀ ਮੰਗਾਂ ਨੇ? ਮੇਨ ਮੰਗਾਂ ਸਾਡੇ ਜਿਹੜੇ ਠੇਕਾ ਮੁਲਾਜ਼ਮ ਆਗੂ ਨੇ ਉਹ 20-20 ਸਾਲਾਂ ਤੋਂ ਲੈ ਕੇ ਕੰਮ ਕਰਦੇ ਆ ਰਹੇ ਨੇ, ਉਹਨਾਂ ਨੂੰ ਅਸੀਂ ਮੰਗ ਕਰਦੇ ਪੱਕੇ ਕੀਤਾ ਜਾਵੇ, ਜੋ ਕਿ ਜੇ ਸਰਕਾਰ ਪੱਕੇ ਨਹੀਂ ਕਰਦੀ ਤਾਂ ਅਸੀਂ ਜਿਹੜਾ ਅਗਲਾ ਸੰਘਰਸ਼ ਆ ਉਹ ਵਿੱਢਾਂਗੇ, ਕਿਉਂਕਿ ਜਿਹੜੇ ਸਾਡੇ ਠੇਕਾ ਮੁਲਾਜ਼ਮਾਂ ਦੀ ਉਮਰ ਆ ਕਿਸੇ ਦੀ 40 ਤੋਂ ਲੈ ਕੇ 45 ਸਾਲ ਤੱਕ ਉਮਰ ਹੋ ਚੁੱਕੀ ਹੈ, ਕੋਈ ਸਾਡੇ 58 ਸਾਲ ਦੇ ਨੇੜੇ ਪਹੁੰਚੇ ਪਏ ਆ, ਉਹ ਬੰਦੇ ਹਜੇ ਤੱਕ ਵੀ ਸਾਡੇ ਮੁਲਾਜ਼ਮ ਜਿਹੜੇ ਨੇ ਪੱਕੇ ਨਹੀਂ ਕੀਤੇ। ਅਸੀਂ ਕੈਪਟਨ ਸਾਹਿਬ ਨੂੰ ਚਮਕੌਰ ਸਾਹਿਬ ਇੱਕ ਜਿੱਥੇ ਰੁਜ਼ਗਾਰ ਮੇਲਾ ਲੱਗਿਆ ਜੀ ਉੱਥੇ ਵੀ ਮਿਲੇ, ਕਿਉਂਕਿ ਉੱਥੇ ਵੀ ਸਾਡੀ ਕੈਪਟਨ ਸਾਹਿਬ ਨਾਲ ਬਾਤਚੀਤ ਹੋਈ, ਉਹ ਕਹਿੰਦੇ ਵੀ ਜਿਹੜਾ ਤੁਹਾਡਾ ਹੱਲ ਆ ਮਸਲਾ ਵੀ ਅਸੀਂ ਪੱਕੇ ਕਰਾਂਗੇ, ਪਰ ਇਸ ਸਾਲ ਨੂੰ 1.5 ਸਾਲ ਹੋ ਚੁੱਕਾ, ਹਜੇ ਤੱਕ ਜਿਹੜੀ ਸਾਡੀ ਮੰਗ ਨਹੀਂ ਹੋਈ। ਬਰਨਾਲੇ ਦੇ ਵਿੱਚ ਅਸੀਂ ਗੱਲ ਕਰਦੇ ਹਾਂ, 180 ਮੁੰਡੇ ਜਿਹੜੇ ਪਾਵਰਕਾਮ ਟਰਾਂਸਪੋਰਟ ਠੇਕਾ ਮੁਲਾਜ਼ਮ ਵਿੱਚ ਕੰਮ ਕਰਦੇ ਸੀਗੇ, ਜੋ ਕਿ ਉਹ 180 ਦੇ 80 ਇਹਨਾਂ ਨੇ ਕੱਢ ਕੇ ਪਾਵਰ ਕਾਂਟਰਾਸ ਕੋਠੇ ਠੇਕਾ ਮੁਲਾਜ਼ਮ ਯੂਨੀਅਨ ਦੇ ਜਿਹੜੇ ਮੁਲਾਜ਼ਮ ਸੀ ਉਹ ਘਰਾਂ ਨੂੰ ਤੋੜ ਦਿੱਤੇ। ਅਸੀਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਇੱਕ ਪਾਸੇ ਤਾਂ ਤੁਸੀਂ ਰੁਜ਼ਗਾਰ ਦੀਆਂ ਗੱਲਾਂ ਘਰ ਘਰ ਕਰਦੇ ਹੋ, ਇੱਕ ਪਾਸੇ ਜਿਹੜਾ ਰੁਜ਼ਗਾਰ ਉਹਦਾ ਕੱਚਾ ਪਿੱਲਾ ਉਹ ਖੋ ਕੇ ਉਹਨਾਂ ਨੂੰ ਘਰੇ ਤੋਰਿਆ ਜਾ ਰਿਹਾ ਹੈਗਾ, ਉਹਨਾਂ ਦੇ ਬੱਚੇ ਨੇ ਵੀ ਉਹ ਕਿਵੇਂ ਉਹਨਾਂ ਦਾ ਚੁੱਲ੍ਹਾ ਤਪਦਾਊਗਾ। ਅਸੀਂ ਕੈਪਟਨ ਨੂੰ ਪੁੱਛਣਾ ਚਾਹਾਂਗੇ ਵੀ ਜੇ ਸਾਡਾ ਇਹ ਹੱਲ ਨਹੀਂ ਕਰਦਾ ਤਾਂ ਇੱਕ ਸਾਡਾ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਅਗਵਾਈ ਦੇ ਵਿੱਚ 18 ਤਰੀਕ ਨੂੰ ਬਲਵੀਰ ਸਿੰਘ ਸਿੱਧੂ ਮੰਤਰੀ ਕਿਰਤ ਵਿਭਾਗ 'ਤੇ 18 ਤਰੀਕ ਦਾ ਧਰਨਾ ਰੱਖਿਆ ਗਾ, ਜੇ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਅਸੀਂ ਅੱਡੋ ਅੱਡ ਜਥੇਬੰਦੀਆਂ ਦੇ ਸਹਿਯੋਗ ਨਾਲ ਉੱਥੇ ਵੱਧ ਚੜ੍ਹ ਕੇ ਪਰਿਵਾਰਾਂ ਸਮੇਤ ਹਿੱਸਾ ਪਾਵਾਂਗੇ। ਸਾਡੇ ਨਾਲ ਹੋਰ ਵੀ ਜਥੇਬੰਦੀਆਂ ਦੇ ਆਗੂ ਨੇ। ਹਾਂਜੀ, ਕੀ ਨਾਂ ਜੀ ਤੁਹਾਡਾ? ਸਰਵੀਰ ਸਿੰਘ, ਜ਼ਿਲ੍ਹਾ ਪ੍ਰਧਾਨ ਜਲ ਸਪਲਾਈ ਕੰਟੈਕਟ ਵਰਕਰ ਯੂਨੀਅਨ, ਰਜਿਸਟਰ ਨੰਬਰ 31। ਤੁਹਾਡੀ ਕੀ ਮੰਗ ਹੈ ਜੀ? ਸਾਡੀ ਮੰਗ ਹੈ ਜੀ ਰੈਗੂਲਰ ਕਰਨ ਦੀ। 2016 ਦੇ ਵਿੱਚ ਅਸੀਂ ਇੱਕ ਐਕਟ ਰੈਗੂਲਰ ਕਰਾਇਆ ਸੀਗਾ, ਐਕਟ ਕਰਾਇਆ ਸੀ 2016 ਦਾ, ਜਿਹਦੇ ਵਿੱਚ ਸਾਨੂੰ CM ਸਾਹਿਬ ਬਾਦਲ ਸਾਹਿਬ ਨੇ ਰੈਗੂਲਰ ਕਿਹਾ ਸੀ ਵੀ ਇਹ ਰੈਗੂਲਰ ਹੋਣੇ ਚਾਹੀਦੇ ਆ, ਇਹਨਾਂ ਦਾ ਰਾਈਟ ਹੈਗਾ। ਉਹ ਐਕਟ ਬਣਾਇਆ ਗਿਆ ਸੀ, CM ਸਾਹਿਬ ਨੇ ਕਿਹਾ ਵੀ ਮੈਂ ਘਰ ਘਰ ਨੌਕਰੀ ਦੇਵਾਂਗਾ, ਪਰ ਨੌਕਰੀ ਤਾਂ ਕੀ ਦੇਣੀ ਸੀਗੀ, ਪੰਚਾਇਤੀਕਰਨ ਕਰਨ ਲੱਗੇ ਹੋਏ ਹੈਗੇ, ਜਿਹੜੀਆਂ ਸਾਡੀਆਂ ਸਕੀਮਾਂ ਪੰਚਾਇਤਾਂ ਨੂੰ ਸੰਭਾਲ ਰਹੇ ਹੈਗੇ ਸਾਨੂੰ ਨੌਕਰੀ ਤੋਂ ਵਾਂਝੇ ਕਰ ਰਹੇ ਹੈਗੇ, ਕੋਈ ਸਾਡੀ ਸੈਲਰੀ ਨਹੀਂ, ਕੋਈ ਸਾਡੀ 10,000 ਰੁਪਈਆ ਸਿਰਫ ਸੈਲਰੀ ਦਿੱਤੀ ਜਾ ਰਹੀ ਹੈ। 2009 ਦੇ ਵਿੱਚ ਮੈਂ ਮਹਿਕਮੇ ਦੇ ਵਿੱਚ ਆਇਆ ਸੀ, ਉਦੋਂ ਸਿਰਫ 1800 ਰੁਪਈਆ ਮਿਲਿਆ ਸੀ, ਉਹ 10 ਸਾਲਾਂ ਦੇ ਵਿੱਚ ਹੁਣ CM ਸਾਹਿਬ ਆਪ ਸੋਚ ਲੈਣ ਵੀ ਕਿਹੜੇ ਹਿਸਾਬ ਨਾਲ ਵਧੀਆ 11 ਸਾਲਾਂ ਦੇ ਵਿੱਚ। ਅਤੇ ਦੂਸਰੀ ਗੱਲ ਇਹ ਹੈ ਜੀ, ਜੋ ਕੈਪਟਨ ਸਾਹਿਬ ਕੱਲ੍ਹ ਵੀ ਮੈਡਮ ਰਜ਼ੀਆ ਸੁਲਤਾਨ ਜੋ ਸਾਡੇ ਮੰਤਰੀ ਹੈ ਉਹ ਮੋਬਾਈਲ ਵੰਡ ਕੇ ਗਈ ਹੈਗੀ, ਮੋਬਾਈਲ ਤਾਂ ਆਪੇ ਲੈ ਲੈਣਗੇ ਲੋਕ, ਮੋਬਾਈਲਾਂ ਦੀ ਨਹੀਂ ਗੱਲ, ਗੱਲ ਨੌਕਰੀਆਂ ਦੀ ਹੈ। ਤੁਸੀਂ ਨੌਕਰੀਆਂ ਦਾ ਵਾਅਦਾ ਕੀਤਾ ਸੀਗਾ ਵੀ ਘਰ ਘਰ ਨੌਕਰੀ ਦੇਵਾਂਗੇ, ਜਿਹਦੇ ਕੋਲ ਨੌਕਰੀ ਹੋਊਗੀ ਉਹ ਮੋਬਾਈਲ ਵੀ ਲੈ ਲੂਗਾ ਜੀ। ਇਸ ਕਰਕੇ ਵੀ ਬੱਚਿਆਂ ਦੇ ਹੱਥ ਦੇ ਵਿੱਚ ਖਰੋਟ ਫੜਾਉਣ ਵਾਲੀ ਗੱਲ ਹੈ, ਨਾ ਉਹ ਫੁੱਟਦਾ ਅਤੇ ਨਾ ਉਹ ਖਾਧਾ ਜਾਂਦਾ, ਇਹ ਇਹਨਾਂ ਦੇ ਲਾਰੇ ਹੈ। ਹਾਂਜੀ, ਤੁਹਾਡਾ ਕੀ ਨਾਂ ਜੀ? ਬਲਦੇਵ ਮਟੇਰ ਜੀ। ਮੈਂ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਵਿੱਚ ਲਗਭਗ 18 ਸਾਲਾਂ ਤੋਂ ਕੰਮ ਕਰ ਰਿਹਾ, ਇਸ ਤਰ੍ਹਾਂ ਹੀ ਵੱਖ ਵੱਖ ਮਹਿਕਮਿਆਂ 'ਚ ਜਲ ਸਪਲਾਈ, ਸੈਨੀਟੇਸ਼ਨ, ਪਾਵਰਕੌਮ, ਟਰਾਂਸਕੋ ਦੇ ਵਿੱਚ ਇਹ ਸਾਰੇ ਕੱਚੇ ਕੰਮ ਹੀ ਨੇ ਜਿਹੜੇ 15 ਤੋਂ ਲੈ ਕੇ 20 ਸਾਲ ਦੇ ਅਰਸੇ ਤੋਂ ਘੱਟ ਤਨਖਾਹਾਂ 'ਤੇ, ਨਾ ਮਾਤਰ ਤਨਖਾਹਾਂ 'ਤੇ ਆਪਣਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਸਰਕਾਰ ਤੋਂ, ਹਰ ਸਰਕਾਰ ਤੋਂ ਕਰਵਾ ਰਹੇ ਨੇ। ਇਹ ਕੈਪਟਨ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਸੀ ਸਮੁੱਚੇ ਕੱਚੇ ਕਾਮਿਆਂ ਨਾਲ ਇਹ ਪੱਕਾ ਵਾਅਦਾ ਕੀਤਾ ਸੀ ਵੀ ਮੈਂ ਜੇ ਸਾਡੀ ਸਰਕਾਰ ਸੱਤਾ 'ਚ ਆਉਂਦੀ ਹੈ ਤਾਂ ਸਭ ਤੋਂ ਪਹਿਲੀ ਮੀਟਿੰਗ ਦੇ ਵਿੱਚ ਤੁਹਾਨੂੰ ਰੈਗੂਲਰ ਦਾ ਜਿਹੜਾ ਐਕਟ ਹੈ ਉਹ ਜਿਹੜਾ ਅਕਾਲੀ ਸਰਕਾਰ 2016 ਦੇ ਵਿੱਚ ਬਣਾ ਕੇ ਗਈ ਸੀ ਇਨ ਬਿਨ ਉਹ ਐਕਟ ਦੇ ਤਹਿਤ ਸਾਰੇ ਕੱਚੇ ਕਾਮਿਆਂ ਨੂੰ ਰੈਗੂਲਰ ਕਰੂੰ। ਪਰ 3.5 ਸਾਲ ਬੀਤਣ ਦੇ ਬਾਵਜੂਦ ਵੀ ਅਜੇ ਇੱਕ ਵੀ ਕੱਚਾ ਕੰਮ ਆ ਸਾਡਾ ਪੱਕਾ ਨਹੀਂ ਹੋਇਆ, ਜਿਹਦੇ ਤਹਿਤ 15 ਅਗਸਤ ਆਜ਼ਾਦੀ ਦੇ ਦਿਨ ਦੇ ਦਿਹਾੜੇ ਨੂੰ ਮੁੱਖ ਰੱਖਦੇ ਅਸੀਂ ਕਾਲੇ ਦਿਨ ਵਜੋਂ ਮਨਾ ਰਹੇ ਹਾਂ। ਅੱਜ ਅਸੀਂ 13 ਅਗਸਤ ਨੂੰ DC ਸਾਹਿਬ ਨੂੰ ਮੰਗ ਪੱਤਰ ਦਿੱਤਾ ਵੀ ਸਾਰੇ ਕੱਚੇ ਕਾਮਿਆਂ ਨੂੰ ਜਿਹੜੇ ਵੱਖ ਵੱਖ ਮਹਿਕਮਿਆਂ 'ਚ ਲੰਮੇ ਅਰਸੇ ਤੋਂ ਕੰਮ ਕਰ ਰਹੇ ਨੇ ਉਹਨਾਂ ਨੂੰ ਬਿਨਾਂ ਕਿਸੇ ਸ਼ਰਤ ਤੋਂ ਰੈਗੂਲਰ ਕੀਤਾ ਜਾਵੇ,
नहीं आने वाले समय च इस एके पूरे पंजाब दे विच विशाल करके ते कैप्टन साहब की कोठी का पक्के तौर पर पक्का मोर्चा लावांगे, लंबा समा दा कराउ किया जाऊ। सो ये सानू तीन वख वख जथेबंदियां दे आगू ते इत्थों दे वर्कर जिन्हां ने अज डिप्टी किशन बरनाला नूं पंजाब सरकार दे नाम मंग पत्र सौंपिया ते इत्थे प्रोटेस्ट कीता गा ते इन्हां दी मुख मंग इह आ वी 2016 दे विच जिहड़ा इक एक्ट बणिया सीगा वी कच्चे कामां नूं पक्का कीता जावे, उह एक्ट नूं लागू कीता जावे ते जिहड़े कच्चे कामां ने उहनां नूं पक्का कीता जावे। बरनाला तों कमलजीत संधू।